ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇੱਕ NRI ਨੂੰ ਉਸਦੇ ਘਰ ਦੇ ਵਿੱਚ ਹੀ ਦੋ ਹਥਿਆਰਬੰਦ ਲੋਕਾਂ ਨੇ ਗੋਲੀਆਂ ਚਲਾਈਆਂ ਔਰ ਉਹ NRI ਜ਼ੇਰੇ ਇਲਾਜ ਹੈਗਾ ਔਰ ਇਹ ਦੱਸਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਗਈ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਕੋਈ ਦਿਨ ਵੀ ਐਸਾ ਨਹੀਂ ਜਾਂਦਾ ਜਿਸ ਦਿਨ ਕਦੀ ਲੁੱਟ ਦਾ ਇੰਸੀਡੈਂਟ ਨਾ ਹੋਇਆ ਹੋਵੇ, ਖੋਹ ਨਾ ਹੋਈ ਹੋਵੇ, ਫਿਰੌਤੀ ਨਾ ਹੋਈ ਹੋਵੇ ਜਾਂ ਗੋਲੀਆਂ ਨਾ ਚੱਲੀਆਂ ਹੋਣ। ਸੋ ਅੱਜ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਔਰ ਇਸ ਦੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਤੇ ਹੈ ਕਿਉਂਕਿ ਉਹਨਾਂ ਦੇ ਕੋਲ ਹੀ ਗ੍ਰਹਿ ਵਿਭਾਗ ਹੈ। ਸੋ ਜਿਹੜਾ ਕਿਸੇ ਵੀ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਨਾ, ਬਿਹਤਰ ਬਣਾਉਣਾ, ਇਹ ਬਹੁਤ ਹੀ ਸੰਜੀਦਾ ਕੰਮ ਹੈ, ਸੀਰੀਅਸ ਅਫੇਅਰ ਹੈ ਔਰ ਨਾ ਕਿ ਚੁਟਕਲਿਆਂ ਨਾਲ ਜਿਹੜਾ ਹੈਗਾ ਕੰਮ ਸਾਰਨਾ। ਸੋ ਮੁੱਖ ਮੰਤਰੀ ਜੀ ਇਸ ਦੇ ਵੱਲ ਧਿਆਨ ਦਿਓ, ਨਹੀਂ ਤਾਂ ਅਸਤੀਫਾ ਦਿਓ ਆਪਣੀ ਸਰਕਾਰ ਤੋਂ। ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇੱਕ NRI ਨੂੰ ਉਸਦੇ ਘਰ ਦੇ ਵਿੱਚ ਹੀ ਦੋ ਹਥਿਆਰਬੰਦ ਲੋਕਾਂ ਨੇ ਗੋਲੀਆਂ ਚਲਾਈਆਂ ਔਰ ਉਹ NRI ਜ਼ੇਰੇ ਇਲਾਜ ਹੈਗਾ ਔਰ ਇਹ ਦੱਸਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਗਈ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਕੋਈ ਦਿਨ ਵੀ ਐਸਾ ਨਹੀਂ ਜਾਂਦਾ ਜਿਸ ਦਿਨ ਕਦੀ ਲੁੱਟ ਦਾ ਇੰਸੀਡੈਂਟ ਨਾ ਹੋਇਆ ਹੋਵੇ, ਖੋਹ ਨਾ ਹੋਈ ਹੋਵੇ, ਫਿਰੌਤੀ ਨਾ ਹੋਈ ਹੋਵੇ ਜਾਂ ਗੋਲੀਆਂ ਨਾ ਚੱਲੀਆਂ ਹੋਣ। ਸੋ ਅੱਜ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਔਰ ਇਸ ਦੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਤੇ ਹੈ ਕਿਉਂਕਿ ਉਹਨਾਂ ਦੇ ਕੋਲ ਹੀ ਗ੍ਰਹਿ ਵਿਭਾਗ ਹੈ। ਸੋ ਜਿਹੜਾ ਕਿਸੇ ਵੀ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਨਾ, ਬਿਹਤਰ ਬਣਾਉਣਾ, ਇਹ ਬਹੁਤ ਹੀ ਸੰਜੀਦਾ ਕੰਮ ਹੈ, ਸੀਰੀਅਸ ਅਫੇਅਰ ਹੈ ਔਰ ਨਾ ਕਿ ਚੁਟਕਲਿਆਂ ਨਾਲ ਜਿਹੜਾ ਹੈਗਾ ਕੰਮ ਸਾਰਨਾ। ਸੋ ਮੁੱਖ ਮੰਤਰੀ ਜੀ ਇਸ ਦੇ ਵੱਲ ਧਿਆਨ ਦਿਓ, ਨਹੀਂ ਤਾਂ ਅਸਤੀਫਾ ਦਿਓ ਆਪਣੀ ਸਰਕਾਰ ਤੋਂ। ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇੱਕ NRI ਨੂੰ ਉਸਦੇ ਘਰ ਦੇ ਵਿੱਚ ਹੀ ਦੋ ਹਥਿਆਰਬੰਦ ਲੋਕਾਂ ਨੇ ਗੋਲੀਆਂ ਚਲਾਈਆਂ ਔਰ ਉਹ NRI ਜ਼ੇਰੇ ਇਲਾਜ ਹੈਗਾ ਔਰ ਇਹ ਦੱਸਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਗਈ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਕੋਈ ਦਿਨ ਵੀ ਐਸਾ ਨਹੀਂ ਜਾਂਦਾ ਜਿਸ ਦਿਨ ਕਦੀ ਲੁੱਟ ਦਾ ਇੰਸੀਡੈਂਟ ਨਾ ਹੋਇਆ ਹੋਵੇ, ਖੋਹ ਨਾ ਹੋਈ ਹੋਵੇ, ਫਿਰੌਤੀ ਨਾ ਹੋਈ ਹੋਵੇ ਜਾਂ ਗੋਲੀਆਂ ਨਾ ਚੱਲੀਆਂ ਹੋਣ। ਸੋ ਅੱਜ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਔਰ ਇਸ ਦੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਤੇ ਹੈ ਕਿਉਂਕਿ ਉਹਨਾਂ ਦੇ ਕੋਲ ਹੀ ਗ੍ਰਹਿ ਵਿਭਾਗ ਹੈ। ਸੋ ਜਿਹੜਾ ਕਿਸੇ ਵੀ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਨਾ, ਬਿਹਤਰ ਬਣਾਉਣਾ, ਇਹ ਬਹੁਤ ਹੀ ਸੰਜੀਦਾ ਕੰਮ ਹੈ, ਸੀਰੀਅਸ ਅਫੇਅਰ ਹੈ ਔਰ ਨਾ ਕਿ ਚੁਟਕਲਿਆਂ ਨਾਲ ਜਿਹੜਾ ਹੈਗਾ ਕੰਮ ਸਾਰਨਾ। ਸੋ ਮੁੱਖ ਮੰਤਰੀ ਜੀ ਇਸ ਦੇ ਵੱਲ ਧਿਆਨ ਦਿਓ, ਨਹੀਂ ਤਾਂ ਅਸਤੀਫਾ ਦਿਓ ਆਪਣੀ ਸਰਕਾਰ ਤੋਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।